ਤੇ ਅੰਮ੍ਰਿਤਸਰ ਵਿੱਚ ਸਕੇ ਸਾਲੇ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਜੀਜੇ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਨੌਜਵਾਨ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿੱਚ ਜ਼ਖਮੀ ਹੋਏ ਜੀਜੇ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਨੇ ਦੱਸਿਆ ਕਿ ਕੰਮ ਤੇ ਜਾਣ ਲਈ ਉਹ ਘਰੋਂ ਨਿਕਲਿਆ ਸੀ ਤਾਂ ਤਿੰਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇਜ਼ਧਾਰ ਹਥਿਆਰ ਨਾਲ ਲੈਸ 6 ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਹਮਲਾ ਕਰਕੇ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ SI ਜੀਵਨ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮਨਦੀਪ ਸਿੰਘ ਸਮੇਤ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਜਾਂਚ ਚੱਲ ਰਹੀ ਹੈ। ਮੇਰੇ ਨਾਲ 15 ਤਰੀਕ ਨੂੰ 8 ਵਜੇ ਮੈਂ ਘਰੋਂ ਤੁਰਿਆ ਹਾਂ ਜੀ। ਕਿੰਨੇ ਚਿਰ ਪਹਿਲਾਂ? 8 ਵਜੇ ਘਰੋਂ ਤੁਰਿਆ ਜੀ। ਸਵਾ ਕੁ 8 ਸਾਢੇ 8 ਵਜੇ ਮੇਰਾ ਤਕਰੀਬਨ ਮੇਰੇ ਨਾਲ ਇਹ ਵਾਪਰ ਗਿਆ ਜੀ ਘਾਣਾ। ਇਹਨਾਂ ਮੈਨੂੰ ਇੱਥੇ ਆਣ ਕੇ ਮਤਲਬ ਬਾਈਪਾਸ 'ਤੇ ਫਤਿਹਗੜ੍ਹ ਟੂਰਿਆਂ ਜੋ ਪੁਲ 'ਤੇ ਆਣ ਕੇ ਉਤਰਦਿਆਂ ਸਾਰੀ ਇਹਨਾਂ ਮੇਰੇ 'ਤੇ ਹਮਲਾ ਕਰਨਾ ਸ਼ੁਰੂ ਕਰਤਾ। ਕਿੰਨਾ ਨੇ ਕੀਤਾ ਹੋਰ? ਮੇਰੇ ਸਾਲਿਆਂ ਨੇ। ਕੀ ਨਾਮ ਉਹਨਾਂ ਦਾ? ਮਨਦੀਪ ਸਿੰਘ। ਕਿ ਕਿਸ ਚੀਜ਼ ਨਾਲ ਵਾਰ ਕੀਤਾ? ਦਾਤਰ ਕਰਪਾਣਾ ਹੈ ਜੀ। ਕੀ ਹੋਇਆ ਕਿ ਤੁਹਾਡਾ ਹੋ ਚੁੱਕੀ ਹੈ ਜੀ? ਮੇਰੇ ਨਾਲ ਅੰਗੂਠਾ ਇੱਕ ਕੱਟਿਆ ਗਿਆ। ਠੀਕ ਹੈ ਜੀ। ਅਤੇ ਦੂਸਰੇ ਹੱਥ ਦੀ ਖੱਬੇ ਹੱਥ ਦੀ ਬਾਂਹ ਕੱਟੀ ਗਈ, ਗੁੱਟ ਕੱਟਿਆ ਗਿਆ ਸਾਰਾ ਜੀ। ਦੁਬਾਰਾ ਫਿਰ ਇਹਦੇ ਸੰਬੰਧਿਤ ਪੁਲਿਸ ਨੂੰ ਕੰਪਲੇਂਟ ਕੀਤੀ? ਹਾਂਜੀ। ਕੀ ਕੀਤਾ ਪੁਲਿਸ ਨੇ ਹੁਣ ਤੱਕ? ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਕੀਤੀ ਜੀ, 2 ਮਹੀਨੇ ਹੋ ਗਏ। ਕੀ ਤੁਸੀਂ ਮੰਗ ਕੀ ਕਰਦੇ? ਅਸੀਂ ਚਾਹੁੰਦੇ ਹਾਂ ਵੀ ਇਹ ਦੋਸ਼ੀਆਂ ਨੂੰ ਫੜ ਕੇ ਚੰਗੀ ਤਰ੍ਹਾਂ ਕਾਰਵਾਈ ਕੀਤੀ ਜਾਵੇ। ਇਹ ਤਾਂ ਸ਼ੱਕ ਹੈਗਾ ਵੀ ਹਮਲਾ ਕਰਨੇ? ਹਾਂਜੀ। ਕਿੱਥੇ ਸ਼ੱਕ ਹੈਗਾ? ਸ਼ੱਕ ਹੈਗਾ ਮਨਦੀਪ ਸਿੰਘ ਮੇਰਾ ਸਾਲਾ ਜੀ। ਹੋਰ ਕੌਣ ਹੈ? ਨਾਲ ਉਹਦੇ ਭੈਣ ਸੁਰੇਖਾ। ਤੁਹਾਡੀ ਪਤਨੀ? ਹਾਂਜੀ, ਮੇਰੀ ਪਤਨੀ। ਮਾਮਲਾ ਭਾਅ ਜੀ ਹੈ ਕਿ 15/10/18 ਨੂੰ ਇੱਕ ਮੁਕੱਦਮਾ ਦਰਜ ਹੋਇਆ ਸੀਗਾ 326 ਦਾ, ਜਿਹਦੇ ਵਿੱਚ ਹਰਜੀਤ ਸਿੰਘ ਨਾਂ ਦਾ ਮੁੰਡਾ ਸੀਗਾ ਜੈਵਾਲੇ ਤੋਂ ਰਹਿਣ ਵਾਲਾ ਜੀ। ਉਹਦੇ ਸੱਟਾਂ ਲਗਾਈਆਂ ਗਈਆਂ ਹੈਗੀਆਂ। ਉਹਦੇ ਵਿੱਚ ਉਹਨੇ ਆਪਣੇ ਸਾਲੇ ਮਨਦੀਪ ਸਿੰਘ ਦੇ ਉੱਤੇ ਬਲੇਮ ਲਾਇਆ ਸੀਗਾ ਕਿ ਮੇਰੇ ਸਾਲੇ ਨੂੰ ਮੈਂ ਆਪਣੇ ਨੂੰ ਪਛਾਣ ਲਿਆ ਅਤੇ ਉਹਨੇ ਮੇਰੇ ਸੱਟਾਂ ਲਗਾਈਆਂ ਨੇ। ਅਤੇ ਜਦੋਂ ਮੈਂ ਉਹਦੇ ਸੰਬੰਧ 'ਚ ਰੇਡ ਕਰਨ ਵਾਸਤੇ ਉੱਥੇ ਗਿਆ ਵਾਂ, ਅਤੇ ਉੱਥੇ ਉਹਦੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਆਪਣਾ ਸਰਪੰਚ ਜਿਹੜਾ ਫਤਿਹਾਬਾਦ ਉਹਦੇ ਘਰ ਖੜ ਕੇ CCTV ਫੁਟੇਜ ਵਿਖਾਈ ਗਈ ਆ, ਜਿਹਦੇ ਵਿੱਚ ਕਿ ਇੱਥੇ ਵਕੂਗਾ 9 ਵਜੇ ਦਾ ਅਤੇ 9:31 'ਤੇ ਉਹ CCTV ਦੇ ਵਿੱਚ ਆ ਰਿਹਾ ਹੈ। ਇਹਦੀ ਜਿਹੜੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਆ ਅਤੇ ਹੋਰ ਵੀ ਜਿਹੜੇ ਤੱਥ ਸਾਹਮਣੇ ਆਉਣਗੇ ਅਤੇ ਉਹਨੂੰ ਮੁਕਦਮਿਆਂ ਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਅਤੇ ਜੋ ਵੀ ਸਹੀ ਦੋਸ਼ੀ ਇਹ 'ਚ ਪਾਏ ਜਾਣਗੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।